ਗਲੋਬਲ ਟੈਂਡਰਸ ਫਲੋਟ ਕਰਕੇ ਤੁਸੀਂ ਵੈਕਸੀਨ ਅਰੇਂਜ ਕਰਾਓ ਤੇ ਜਿਹੜੀ ਸੈਂਟਰ ਆ ਉਹ ਵੈਕਸੀਨ ਆਪਣੀਆਂ ਸਟੇਟਾਂ ਨੂੰ ਅੰਤਰ ਨਾ ਦੇ ਰਹੀ ਆ ਬੀਜੇਪੀ ਰੂਲ ਸਟੇਟਸ ਨੂੰ ਹੋਰ ਤਰ੍ਹਾਂ ਦੇ ਰਹੀ ਆ ਨੋਨ ਬੀਜੇਪੀ ਸਟੇਟਸ ਨੂੰ ਹੋਰ ਤਰ੍ਹਾਂ ਦੇ ਰਹੀ ਇਹ ਪਹਿਲੀ ਵਾਰ ਦੇਖਿਆ ਕਿ ਕੇਂਦਰ ਦੀ ਸਰਕਾਰ ਈਵਨ ਇਸ ਤਰ੍ਹਾਂ ਦੀ ਮਹਾਮਾਰੀ ਦੇ ਵਿੱਚ ਤਰਸਯੋਗ ਹਾਲਾਤਾਂ ਦੇ ਵਿੱਚ ਵੀ ਲੋਕਾਂ ਨੂੰ ਅੱਧ ਵਾਟੇ ਜਿਹੜਾ ਛੱਡਿਆ ਵਾ ਇਹਦੇ ਲਈ ਵੈਕਸੀਨ ਦੀ ਅਗਰ ਸ਼ੋਰਟੇਜ ਆ ਉਹਦੇ ਲਈ ਸਕੁਅਰਲੀ ਰਿਸਪੋਂਸੀਬਲ ਬੀਜੇਪੀ ਦੀ ਗਵਰਨਮੈਂਟ ਆ ਸਰ ਇਸ ਟਾਈਮ ਦੀ ਕਰੋਨਾ ਦੀ ਮਹਾਮਾਰੀ ਦੇ ਵਿੱਚ ਪਾਰਟੀਆਂ ਨੇ ਸਿਆਸੀ ਪਾਰਟੀਆਂ ਛੱਡ ਕੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ ਪਰ ਹਰ ਇੱਕ ਪਾਰਟੀ ਆਪਣਾ ਆਪਣਾ ਜਿਹੜਾ ਬਿਆਨਬਾਜ਼ੀ ਕਰ ਰਹੀ ਹੈ ਜੀ ਕਰੋਨਾ ਮਹਾਮਾਰੀ ਦੇਖੋ ਅਸੂਲਨ ਤਾਂ ਜਿਹੜਾ ਇਹ ਇੱਕ ਨੈਸ਼ਨਲ ਟ੍ਰੈਜਡੀ ਆ ਜੀ ਔਰ ਇਹਦੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਘੱਟੋ ਘੱਟ ਹੈਲਥ ਐਮਰਜੈਂਸੀ ਡਿਕਲੇਅਰ ਕਰ ਦੇਣੀ ਚਾਹੀਦੀ ਸੀ ਔਰ ਜਿਹੜੇ ਫੈਸਲੇ ਸਰਕਾਰਾਂ ਨੇ ਲਏ ਲੋਕਡਾਊਨ ਦੇ ਚਾਹੇ ਨੈਸ਼ਨਲ ਲੈਵਲ ਤੇ ਚਾਹੇ ਸਟੇਟ ਲੈਵਲ ਉਹਨਾਂ ਦੀ 100% ਪਾਲਣਾ ਹੋਣੀ ਚਾਹੀਦੀ ਸੀ ਪਰ ਇਸ ਦੇਸ਼ ਵਿੱਚ ਇੱਕ ਨੁਕਸ ਆ ਕਿ ਜਿਹੜੇ ਕਾਨੂੰਨ ਬਣਾਉਂਦੇ ਨੇ ਸਭ ਤੋਂ ਪਹਿਲਾਂ ਉਹੀ ਤਾਂ ਤੋੜਦੇ ਸੀ ਜਦੋਂ ਪ੍ਰਾਈਮ ਮਿਨਿਸਟਰ ਨੇ ਬੀਜੇਪੀ ਨੇ ਜਾਂ ਦੂਜੇ ਆਗੂਆਂ ਨੇ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ 20 ਬੰਦਿਆਂ ਤੋਂ ਜ਼ਿਆਦਾ ਨਹੀਂ ਇਕੱਠੇ ਹੋ ਸਕਦੇ ਆਪ 20,000 ਦਾ ਇਕੱਠ ਕਰਦੇ ਨੇ ਇਸ ਕਰਕੇ ਜਿੱਥੇ ਕਾਨੂੰਨ ਸਰਕਾਰਾਂ ਦੇ ਬੰਦੇ ਬੈਠੇ ਆਪ ਤੋੜਦੇ ਨੇ ਉੱਥੇ ਫਿਰ ਥੱਲੇ ਲੋਕਾਂ ਨੂੰ ਕੀ ਯਕੀਨ ਦਿਵਾਉਣਗੇ ਤਾਂਹੀਓ ਕਿਸੇ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਜੈਨੂਅਨਲੀ ਨਹੀਂ ਥੱਲੇ ਹੋ ਰਹੀ ਕਿਉਂਕਿ ਲੋਕਾਂ ਨੂੰ ਪਤਾ ਵਾ ਕਿ ਸਾਰੇ ਕਾਨੂੰਨ ਤੇ ਅਸੂਲ ਤੇ ਗਾਈਡਲਾਈਨਸ ਇਹ ਫਰਜ਼ੀ ਬਣਾਈਆਂ ਸ਼ਾਇਦ ਇੰਡੀਆ ਵਿੱਚ ਇਹ ਜਿਹੜੀ ਸੈਕਿੰਡ ਵੇਵ ਆਫ ਕੋਵਿਡ-19 ਹੈ ਐਡੇ ਭਾਰੀ ਤਰੀਕੇ ਦੇ ਇੰਨੀਆਂ ਮੌਤਾਂ ਨਹੀਂ ਸੀ ਹੋਣੀਆਂ ਅਗਰ ਸਾਡੀ ਦੇਸ਼ ਦੀ ਲੀਡਰਸ਼ਿਪ ਦੂਰਅੰਦੇਸ਼ੀ ਨਾਲ ਚੱਲਦੀ ਸਾਰੇ ਮੀਡੀਆ ਨੇ ਬਾਹਰੋਂ ਵਿਦੇਸ਼ਾਂ 'ਚੋਂ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਕਾਲ ਵਿੱਚ ਇਹ ਸਾਰੇ ਜਿਹੜੇ ਕਦਮ ਚੱਕੇ ਔਰ ਉਹਦੇ ਕਰਕੇ ਦੁਬਾਰਾ ਸੈਕਿੰਡ ਵੇਵ ਨੇ ਬਹੁਤ ਵੱਡੀਆਂ ਵੱਡੇ ਪੱਧਰ 5,000 ਮੌਤਾਂ ਹੋਈਆਂ ਨੇ ਇਹ ਉਹ ਨੇ ਜਿਹੜੀਆਂ ਰਿਪੋਰਟਡ ਨੇ ਲੈਟ ਮੀ ਟੈਲ ਯੂ ਬਹੁਤ ਸਾਰਾ ਇਸ ਦੇਸ਼ ਦਾ ਪੇਂਡੂ ਹਿੱਸਾ ਇਹੋ ਜਿਹਾ ਜਿੱਥੇ ਅਨਰਿਪੋਰਟਡ ਡੈਥਸ ਹੋਈਆਂ ਨੇ ਜਿਹੜੇ ਕੇਸ ਜਿੱਥੇ ਟੈਸਟਿੰਗ ਹੀ ਨਹੀਂ ਕਿਤੇ ਹੋਈ ਜਿੱਥੇ ਕਰੋਨਾ ਦੇ ਕਰਕੇ ਲੋਕਾਂ ਦੇ ਕੋਲ ਕੋਈ ਸਕੋਪ ਹੀ ਨਹੀਂ ਸੀਗਾ ਕਿ ਆਪਣੇ ਮਰੀਜ਼ ਨੂੰ ਕਿਸੇ ਹਸਪਤਾਲ ਲੈ ਜਾਣ ਤੁਸੀਂ ਦੇਖਿਆ ਜਦੋਂ ਪੂਰੇ ਪੀਕ 'ਤੇ ਆਇਆ ਤਾਂ ਨਾ ਮੰਜੇ ਸੀਗੇ ਨਾ ਆਕਸੀਜਨ ਸੀ ਨਾ ਨਰਸਾਂ ਸੀ ਨਾ ਡਾਕਟਰ ਸੀ ਸਾਡੇ ਕੋਲ ਇੱਦਾਂ ਦੇ ਸਾਧਨ ਹੀ ਹੈ ਨਹੀਂ ਸੀ ਇਸ ਕਰਕੇ ਜਿਹੜੇ ਦੂਰ ਦਰਾਡ ਇਲਾਕੇ ਨੇ ਭਾਰਤ ਦੇ ਜਿਹੜੇ ਪੇਂਡੂ ਇਲਾਕੇ ਨੇ ਮੇਰਾ ਇਹ ਮੰਨਣਾ ਕਿ ਇਹਦੇ 'ਚ ਮੌਤਾਂ ਇਹਦੇ ਨਾਲ ਕਈ ਗੁਣਾ ਜ਼ਿਆਦਾ ਹੋਈਆਂ ਅਤੇ ਕਰੋਨਾ ਕੋਵਿਡ ਦੇ ਕੇਸਿਸ ਭਾਰਤ ਵਿੱਚ ਇਹਦੇ ਨਾਲ ਕਈ ਗੁਣਾ ਜ਼ਿਆਦਾ ਦੇ ਆਰ ਆਲ ਅੰਡਰ ਰਿਪੋਰਟਡ ਬਿਕੋਜ਼ ਆਫ ਦ ਫੇਲੀਅਰ ਆਫ ਦ ਗਵਰਨਮੈਂਟ ਐਟ ਆਲ ਲੈਵਲਸ ਜ਼ਿੰਮੇਵਾਰ ਕਿਹਨੂੰ ਸਮਝ ਰਹੇ ਦੇਖੋ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਪੂਰੀ ਸਾਡੀ ਤਿਆਰੀ ਆ ਦੇਖੋ ਜਿਹੜਾ ਇਹ ਜਿਹੜਾ ਕੋਵਿਡ ਵਾਲੇ ਕ੍ਰਾਈਸਿਸ ਵਿੱਚ ਇਟਸ ਅ ਨੈਸ਼ਨਲ ਫੇਲੀਅਰ ਇਟਸ ਬੇਸਿਕਲੀ ਅ ਨੈਸ਼ਨਲ ਜਦੋਂ ਮੈਂ ਕਹਿੰਦਾ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਵੀ ਆਉਂਦੇ ਉਹਦੇ ਸੂਬਿਆਂ ਦੀਆਂ ਸਰਕਾਰਾਂ ਦਾ ਵੀ ਰੋਲ ਆਉਂਦਾ ਇਟਸ ਅ ਨੈਸ਼ਨਲ ਅਲਟੀਮੇਟ ਡਿਜ਼ਾਸਟਰ ਐਂਡ ਨੈਸ਼ਨਲ ਫੇਲੀਅਰ ਦੇ ਕੁਡ ਹੈਵ ਡੈਲਟ ਵਿਦ ਇਟ ਇਨ ਮੱਚ ਬੈਟਰ ਵੇ ਔਰ ਮੈਂ ਇਹੀ ਅਰਦਾਸ ਕਰਦਾ ਕਿ ਜਿਹੜਾ ਹੁਣ ਇਹ ਜਿਹੜੀ ਕੋਵਿਡ-19 ਦੀ ਲਹਿਰ ਘਟੇ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਰਾਹਤ ਮਿਲੇ ਗਰੀਬਾਂ ਨੂੰ ਸਰਕਾਰਾਂ ਉਹਨਾਂ ਦੇ ਘਰਾਂ ਤੱਕ ਰਾਸ਼ਨ ਦੇਣ ਉਹਨਾਂ ਨੂੰ ਥੋੜ੍ਹੀ ਬਹੁਤੀ ਅਮਦਾਦ ਦੇਣ ਤਾਂ ਕਿ ਜਿੰਨੀ ਦੇਰ ਉਹ ਕੰਮ ਨਹੀਂ ਕਰ ਸਕੇ ਉਹ ਆਪਣਾ ਜਿਹੜਾ ਮਸਲਾ ਜਿਹੜਾ ਉਹ ਹੱਲ ਕਰ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦੇਖੋ ਸਾਡੇ ਜਿਹੜੇ ਆਪਣੀ ਪਾਰਟੀ ਦੇ ਕਾਰਕੁਨ ਸੀ ਮਾਝੇ ਦੇ ਖਾਸ ਤੌਰ 'ਤੇ ਜਾਂ ਅੰਮ੍ਰਿਤਸਰ ਦੇ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਉਹਨਾਂ ਨਾਲ ਗੱਲਬਾਤ ਉਹਨਾਂ ਦੇ ਨਾਲ ਪੋਲੀਟੀਕਲ ਡਿਸਕਸ਼ਨ 2022 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਉਹਦੇ ਨਾਲ ਵਾਰਤਾਲਾਪ ਕਰਨ ਵਾਸਤੇ ਆਏ ਸੀ ਮੈਨੂੰ ਲੈ ਕੇ ਤਾਂ ਚਰਚਾ ਮੇਰੇ ਜਿਹੜੇ ਵਿਰੋਧੀ ਨੇ ਉਹ ਪਿਛਲੇ 5 ਸਾਲ ਤੋਂ ਲੱਗੇ ਹੋਏ ਨੇ ਮੇਰੇ ਖਿਆਲ ਉਨੀਆਂ ਪਾਰਟੀਆਂ ਨੇ ਜਿੰਨੀਆਂ ਮੇਰੇ ਬਾਰੇ ਉਹਨਾਂ ਨੇ ਚਰਚਾਵਾਂ ਕਰਤੀਆਂ ਕੋਈ ਮੈਨੂੰ ਕਦੀ ਬੀਜੇਪੀ 'ਚ ਭੇਜ ਦਿੰਦਾ ਸੀ ਕੋਈ ਮੈਨੂੰ ਅਕਾਲੀ ਦਲ 'ਚ ਭੇਜ ਦਿੰਦਾ ਸੀ ਇਸ ਤੋਂ ਪਹਿਲਾਂ ਵੀ ਕਾਂਗਰਸ ਵਿੱਚ ਭੇਜ ਚੁੱਕੇ ਨੇ ਕੋਈ ਮੇਰੇ 'ਤੇ ਕੋਈ ਕਿਸੇ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਮੈਂ ਇੱਦਾਂ ਦਾ ਆਦਮੀ ਹੈ ਨਹੀਂਗਾ ਮੈਂ ਜਦੋਂ ਵੀ ਕੋਈ ਫੈਸਲਾ ਲੈਣਾ ਮੈਂ ਆਪ ਉਸ ਦਾ ਖੁਲਾਸਾ ਕਰੂੰਗਾ ਔਰ ਮੈਂ ਸੋਚ ਵਿਚਾਰ ਕੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨਾਲ ਪੰਜਾਬ ਦੇ ਵਿੱਚ ਰਾਏ ਕਰਕੇ ਕਰੋ ਲੁਕ ਛਿਪ ਕੇ ਕਰਨ ਵਾਲਾ ਕੰਮ ਨਹੀਂਗਾ ਇਹ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਪਾਰਟ ਪਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਨਵਜੋਤ ਸਿੰਘ ਸਿੱਧੂ ਇੱਕ ਦੂਜੇ ਦੇ ਸਵਾਲ ਚੁੱਕ ਰਹੇ ਉਹਨੂੰ ਕਿੱਦਾਂ ਦੇਖਦੇ ਦੇਖੋ ਇਹ ਕਾਂਗਰਸ ਦਾ ਆਪਣਾ ਇੱਕ ਅੰਦਰੂਨੀ ਮਾਮਲਾ ਨਾ ਉਹਦੇ 'ਚ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਦਖਲ ਦੇ ਕੇ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਇਹਦੇ ਬਾਰੇ ਤਾਂ ਜਿਹੜੇ ਰੈਲੇਵੈਂਟ ਆਦਮੀ ਨੇ ਜਿਹੜੇ ਉਸ ਪਾਰਟੀ ਵਿੱਚ ਇਸ ਵਕਤ ਹਾਜ਼ਰ ਨੇ ਉਹੀ ਦੱਸ ਸਕਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਸਰਕਾਰ ਨੂੰ ਕਾਂਗਰਸ ਨੂੰ ਆਪਣਾ ਕਪਤਾਨ ਬਦਲ ਦੇਣਾ ਚਾਹੀਦਾ ਹੈ ਮੈਂ ਕੌਣ ਹੁੰਦਾ ਇੱਦਾਂ ਇਸ ਤਰ੍ਹਾਂ ਦੀ ਗੱਲ ਕਹਿਣ ਵਾਲਾ ਜੀ ਮੈਂ ਉਸ ਪਾਰਟੀ ਦਾ ਹਲੇ ਮੁੱਢਲਾ ਮੈਂਬਰ ਵੀ ਨਹੀਂ ਗਾ ਸੀ ਜਾਂ ਕੋਈ ਮੇਰਾ ਪਾਰਟੀ ਨਾਲ ਕੋਈ ਇਸ ਵਕਤ ਕੋਈ ਲੈਣ ਦੇਣ ਨਹੀਂ ਗਾ ਉਹ ਕੀ ਕਰਦੇ ਨੇ ਕੌਣ ਕੀ ਫੈਸਲਾ ਲੈਂਦੇ ਨੇ ਇਹ ਸਾਰਾ ਉਹਦੇ ਬਾਰੇ ਮੈਂ ਕੁਝ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਕਿਸਾਨਾਂ ਵੱਲੋਂ ਜੀ ਕਾਲਾ ਦਿਵਸ ਮਨਾਇਆ ਗਿਆ ਕਿਹਦਾ ਦੇਖੋ 100% ਅਸੀਂ ਸਭ ਨੇ ਸਪੋਰਟ ਕੀਤੀ ਮੇਰੀ ਗੱਡੀ ਖੜੀ ਇੱਥੇ ਸਰਕਟ ਹਾਊਸ ਉਹਦੇ ਕਾਲਾ ਝੰਡਾ ਬੰਨਿਆ ਉਹ ਸਾਹਮਣੇ ਖੜੀ ਆ ਔਰ ਮੈਂ ਸਮਝਦਾ ਕਿ ਮੋਦੀ ਸਰਕਾਰ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਉਹਦੇ ਦੇਸ਼ ਵਿੱਚ ਸਭ ਤੋਂ ਵੱਡਾ ਅੰਦੋਲਨ ਉੱਠਿਆ ਹੋਵੇ ਔਰ ਉਹ ਅੰਦੋਲਨ ਬੜਾ
जायज़ मंगा दे आधारित होवे उस वो अंदोलन दिल्ली दे कैपिटल राष्ट्र राजधानी शहर दी बरूहां दे उत्ते पिछले 6 महीनों दा बैठा होवे ते साडे देश दे प्राइम मिनिस्टर कोल सरकार कोल इन्ना समां निगा कि जिहड़ियां उत्थे 400 मौतां होईयां उहदे बारे एक गल भी जिक्र करन, उहनां दीआं मंगां मन्नण, उहनां नूं बाइज़त तरीके नाल अपने घरां विच तोरन। मेरा ख्याल है कि इन्हां नालों तां मुगल चंगे सीगे, घट्टो घट उह इह तां कहिंदे सीगे कि असीं ताना शाह हाँ, असीं वोटां नूं कोई जवाब वोटरां नूं जवाब देनी लोकां नूं, क्योंकि असीं वोटां नहीं लईआं। साडे लीडर तां वोटां लै के ते पड़दा एक दिखावा जमहूरीयत दा ढोंग रचदे ने ते हैगे ने असल विच अंदरों ताना शाह। ये मुगल जिहड़े उस वक्त ज्यादतियां करदे उन्हां नालों घट नहीं गए, उन्हां नूं कुछों जणां दे घरां दे विच लाशां गईयां ने दिल्ली दे बॉर्डरां तों किसानां दे, उन्हां नूं जरा जाके पुछो जिहड़े किसान कड़क दी ठंड विच बैठे ने थले पुज्जे ते हुण तपदी इस गर्मी दे विच पुंजे बैठे ने, ते दुनिया भर ने लानतां पाईयां ने मोदी नूं। कल्ले मैं नहीं कह रहा कि एक पार्टी ने या भारत दीआं कुछ पार्टियां ने पाईयां, दुनिया भर दे इंटरनेशनल मीडिया ने पिछले दिन ही वाशिंगटन पोस्ट विच सब तो वड्डी अखबार है अमेरिका दी, उहदे च इक ना फ्रंट पेज उन्होंने मगरमच्छ की फोटो लाई तो उन्होंने कहा मगरमच्छ तो उदों हंझू वहाँ जो वो बच्चे मरते हैं या उन्होंने मौत दिसती है। तो मोदी जिहड़ा हैगा ये मगरमच्छ के ना मगरमच्छ के हंझू वहा रहा, जिहड़ी कहावत बनी ना कि जो तुसीं फर्जी रोना हुंदा उदों तुसीं उन्होंने कहिंदे मगरमच्छ के हंझू रोना, यह तो मगरमच्छा भी मात दे गए ने। इस करके अज भी समा वा कि किसानां दीआं हक्की मंगां मन के उन्हां दीआं गल्लां जायज़ जो इस देश दे विच बहुत गिणती करोड़ां लोकां दे जज्बात जुड़े ने किसान अंदोलन दे नाल, उन्हां दीआं मंगां पूरियां होणियां चाहीदियां। पार्टी वालों चिट्ठी लिखी गई केंद्र सरकार नूं कि मीटिंग कीती जावे किसानां दे नाल, बिल्कुल की पहली गल तां किसानां नूं इन्ने महीने तोड़िया क्यों आ, बंगाल दी इलैक्शन जरूरी सीगी कि किसान अंदोलन जिहड़ा इस देश दा 60% पेंडू तबका जिहड़ा इस देश दा अन्नदाता वा उह तुहाडे बूहे ते आण के बैठा होया, तुहानूं बंगाल दीआं ते अपने पौंडीचेरी दीआं इलैक्शनां ते केरला दीआं चोणां ज़्यादा प्यारियां ने। गलबात कदी भी तोड़नी नहीं सी चाहीदी, भावें किड्डे ही उहदे च डिफरेंस ऑफ ओपीनियन होण, गलबात जारी रहनी चाहीदी सीगी और हुण भी उन्हां नूं गलबात राही इस मसले दा छेती तों छेती फैसला करना चाहीदा वा। तिन्ने कानून काले रद्द होने चाहीदे आ, इलैक्सिटी अमेंडमेंट बिल 2020 वापस होना चाहीदा, जिहड़ा पराली नूं लैके करोड़ रुपये जुर्माना सीगा उह सारा कानून जिहड़ा हैगा उह बीजेपी सरकार नूं वापस लैणा पवेगा, अल्टीमेट लैणा पैणा वा। अज लै लैण चंगे रहणगे, वो पंजाबी च कहिंदे हुंदे कि 100 जुत्ती ते 100 गंडा, ये करके फिर भी कानून वापस लेने पैणगे। सरकार दा कहना है कि जिहड़े दिल्ली किसान बैठे हुए ने पंजाब दे विच करोना फैला रहे ने। जदों बंगाल दे विच प्राइम मिनिस्टर जाके लख लख आदमी की रैली करते हैं, या इस देश दे विच चार सूबियां च इलैक्शनां होके हटियां ने, बीजेपी के आगू जदों उत्थे 50,000 का इकट्ठ करते हैं उदों करोना नहीं फैलता कि खट्टर जदों जाके प्रोग्राम करता हरियाणे दे विच कि उत्थे करोना नहीं फैलता। और किसान तो कह रहे हैं कि साढ़े टैसट तुसीं जिन्ने करवाने ने धरने विच आण के साढ़े टैसट कराओ, तो जिहड़े लोग करोना पॉजिटिव आ असीं उन्हां नूं उन्हां दा ध्यान ते उन्हां दा इलाज आप करवावांगे। वो तो किसी मजबूरी च बैठे ने, बंगाल दे विच कट करना कोई मजबूरी नहीं सी प्राइम मिनिस्टर लई, वो अवॉइड किया जा सकता सी, वीडियो कॉन्फ्रेंसिंग राही। इस देश में एडा इलैक्ट्रॉनिक मीडिया वा, इन्ने चैनल्स ने, इन्ना सोशल मीडिया, वो एडे वड्डे कट करके जिहड़ा करोना एक अपसर्ज आई आ इलैक्शनां तों बाद आई सी, इहदे लई उह जिम्मेवार ने ना कि किसान जिम्मेवार। पंजाब दे विच वैक्सीन दी कमी आ रही आ, पंजाब सरकार वालों कई बार केंद्र नूं चिट्ठी भी लिखी गई आ पर हजे तक देखो इहदे विच आई वुड होल्ड द बीजेपी गवर्नमेंट रिस्पोंसिबल, सेंट्रल गवर्नमेंट जिहड़ी तां असल साडे कोल वैक्सीन दे डोजेस सीगे स्टॉक सीगा, इहनां ने विदेशां दे विच तोड़ दित्ता अपनी नलेकी दे करके। अज हुण स्टेटां नूं कहा जा रहा कि तुसीं अपने लैवल दे उत्ते